ਭਾਈ ਸਾਰਿਆਂ ਨੂੰ ਭਾਈ ਜੀ, ਆ ਜੀ ਸ਼ਾਹ ਕਬੂਤਰ ਆ ਜੀ, ਸਾਡੇ ਆਪਣੇ ਘਰ ਦੇ ਕਬੂਤਰ ਆ, ਕਿ ਜਾਨਕ ਨਾ ਅਡਾਏ ਹੋਏ ਵੀ ਆ, ਪਰਖੇ ਹੋਏ ਵੀ ਆ। ਉਹ ਸੀਜ਼ਨ ਜਾਣ ਦਿਆ ਅਤੇ ਕਬੂਤਰ ਨਾਲ ਝਾੜ ਝਾੜ ਕੇ ਪੱਲੀ ਸਾਫ਼ ਹੋਏ ਸੀ। ਅਸੀਂ ਕਿਹਾ ਚੱਲ ਨਾ ਇਹ ਜਾਂਦੇ ਜਾਂਦੇ ਇੱਕ ਵੀਡੀਓ ਬਣਾ ਦਈਏ, ਠੀਕ ਆ। ਆ ਜਨਾਬ ਆ ਕਬੂਤਰ ਦੇ ਪਰ ਚੈੱਕ ਕਰੋ ਕੈਸੇ, ਦੇਖੋ ਦੇਖੋ ਪਰ, ਇਹ ਬਹੁਤ ਗਹਿਰਾਈ ਵਾਲੀ ਕਬੂਤਰੀ ਆ। ਜਿੰਨਾ ਜਾਨਕ ਨਾ ਕਹਿੰਦੇ ਆ ਨਾ ਕਿ ਸਮਾਨ ਦੇ ਵਿੱਚ ਕਬੂਤਰ ਖੜ ਜਾਂਦਾ ਉੱਤੇ ਜਾ ਕੇ, ਇਹ ਕਬੂਤਰੀ ਜੋ ਕੁਆਲਿਟੀ ਆ ਪਰ ਇਹਦਾ ਦੇਖੋ, ਹਾਂਜੀ ਫੁੱਲ ਗੋਲ ਚੱਕਰਾਂ ਵਾਲੀ ਕਬੂਤਰੀ ਆ। ਕੋਈ ਜਾਨਕ ਨਾ ਉਹ ਨੀਵੀਂ ਨੂਵੀਂ ਵਾਲੇ ਤਾਂ ਇਹਦੇ ਕੰਮ ਹੀ ਨਹੀਂ ਹੈਗੇ, ਫੁੱਲ ਚੱਕਰਾਂ ਵਾਲੀ ਕਬੂਤਰੀ ਆ ਪਰ ਦੇਖੋ ਕੰਨੇ ਦਾ। ਦੁਆ ਕਬੂਤਰੀ ਦੇਖ ਲਓ ਜੀ, ਪੰਜੇ ਦੇ ਸ਼ੌਂਕ ਕਰ ਲਓ, ਦੇਖ ਪੰਜੇ ਕੈਸੇ, ਉਂਝ ਵੀ ਪੂਰੀ ਪੱਠੀ ਬਣੀ ਹੋਈ ਆ। ਤੁਹਾਨੂੰ ਛੱਡ ਕੇ ਵੀ ਦਿਉਂਦੇ, ਇੱਕ ਇਹਦਾ ਭਰਾ ਤੁਹਾਨੂੰ ਵੀ ਦਿਉਂਦੇ ਸ਼ਾਖ, ਉਹ ਤੁਸੀਂ ਦੇਖਿਓ ਫਿਰ ਸਾਡਾ ਜੋੜਾ ਜਾਣਾ ਨਾ, ਚੈੱਕ ਕਰਿਓ ਸਾਰੇ ਪੱਠੇ। ਅਸੀਂ ਇਹ ਪਰ ਇੱਕ ਬਣਾ ਲੈਣਾ, ਕੱਟ ਦੇਣੇ ਦੋਨੇ। ਆਹ ਕਬੂਤਰੀ ਆਈ ਸ਼ਾਖ, ਹਾਂ ਚਲੋ ਭਾਈ ਤੁਹਾਨੂੰ ਦੂਸਰਾ ਪੱਠਾ ਅਸੀਂ ਆਪਣੇ ਘਰ ਦਾ ਦਿਖਾਉਂਦੇ ਹਾਂ ਜੀ। ਅਤੇ ਇਹਦੀ ਮਾਂ ਸਾਡੇ ਕੋਲ ਨਾ ਮਰ ਗਈ ਸੀਗੀ, ਇਸ ਕਰਕੇ ਨਾ ਦੋ ਬੱਚੇ ਨਿਕਲੇ ਸੀਗੇ, ਇੱਕ ਅਸੀਂ ਕਿਸੇ ਨੂੰ ਦੇ ਦਿੱਤਾ ਸੀਗਾ ਅਤੇ ਇੱਕ ਸਾਡੇ ਕੋਲ ਸੀਗਾ। ਚਲੋ ਮੈਂ ਕਿਹਾ ਪੱਠੇ ਦੀ ਵੀਡੀਓ ਬਣਾਉਂਦੇ। ਆਹ ਜਿਹੜੀ ਤੁਹਾਨੂੰ ਮਰਜ਼ੀ ਦਿਖਾਈ ਹੈ ਨਾ, ਇਹਦਾ ਸਕਾ ਭਰਾ ਵਾ, ਅਤੇ ਆ ਬੱਚਾ ਦੇਖ ਲਓ, ਪਰ ਇਹਦੇ ਵੀ ਦੇਖ ਲਓ, ਇਹਦੇ ਵਿੱਚ ਉਹ ਕੁਆਲਿਟੀ ਇਹਦੇ ਵਿੱਚ ਨਹੀਂ ਹੈਗੀ। ਇਹ ਬੱਚਾ ਉੱਡਣੇ ਵਾਲਾ ਵਾ, ਦੇਖੋ ਪਰ ਇਹਦੇ ਸਿੱਧੇ ਆ। ਇਹ ਬੱਚਾ ਉੱਡਣੇ ਵਾਲਾ ਵਾ, ਐਂ ਡੁੱਬਣੇ ਵਾਲਾ ਬੱਚਾ ਨਹੀਂ ਹੈਗਾ, ਨਾ ਇਹ ਟਾਈਮ ਕਟਾਉਣੇ ਵਾਲਾ ਬੱਚਾ ਵਾ। ਉਹ ਪੱਠੀ ਚੱਕਰਾਂ ਵਾਲੀ, ਅਤੇ ਇਹ ਪੱਠਾ ਜਿਹੜਾ ਦੂਸਰਾ ਨਿਕਲਿਆ ਸ਼ੌਕ, ਦੇਖੋ ਜਰਾ ਸ਼ਾਖ ਕਹਿੰਦੇ ਪੰਜੇ, ਇਹਦੇ ਵੀ ਦੇਖ ਲਓ, ਬਿਲਕੁਲ ਇੱਧਰਲਾ ਵੀ ਦੇਖ ਲਓ ਜੀ। ਤੁਹਾਨੂੰ ਇੱਕ ਵਾਰੀ ਛੱਡ ਕੇ ਵੀ ਅਸੀਂ ਚੈੱਕ ਕਰਾਵਾਂਗੇ, ਦੇਖੋ। ਅਤੇ ਹੁਣ ਅਸੀਂ ਨਾ ਇਹ ਇੱਕ ਪਰ ਬਣਾ ਲੈਣਾ ਵਾ, ਕੱਟ ਲੈਣੇ ਆ, ਦੇਖੋ ਪੱਠੇ ਸਾਡੇ। ਦੇਖ ਲਓ ਜੀ, ਅੱਛਾ ਕਾ ਪੱਠਾ ਸਾਡਾ ਜੀ, ਆ ਜੋੜਾ ਜੀ। ਹੁਣ ਇਹ ਜੋੜਾ ਅਸੀਂ ਨਾ ਜਾਨੇ ਕੱਟ ਕੇ ਇੱਕ ਵਾਰ ਬਣਾ ਕੇ ਇਹਨਾਂ ਦੇ ਪੱਠੀਆਂ ਪੱਠੇ ਨਾ ਅਸੀਂ ਰੱਖਣੇ।